ਕਿਹੜੀ ਵੱਡੀ ਖਬਰ ਸ਼ੰਭੂ ਬੈਰੀਅਰ ਤੋਂ ਆ ਰਹੀ ਹੈ, ਜਿੱਥੇ ਕਿ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ ਤੇ ਕਿਸਾਨਾਂ ਦੇ ਉੱਪਰ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਬਰਸਾਏ ਗਏ ਹਨ। ਦਰਅਸਲ ਕੁਝ ਕਿਸਾਨਾਂ ਵੱਲੋਂ ਉੱਥੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਨੌਜਵਾਨਾਂ ਨੇ ਲੋਹੇ ਦੇ ਬਣੇ ਬੈਰੀਕੇਡਾਂ ਨੂੰ ਘੱਗਰ ਦਰਿਆ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਤੇ ਪਹਿਲਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਲਗਾਤਾਰ ਹੁਣ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਤੁਹਾਨੂੰ ਵੀ ਦੱਸ ਦਈਏ ਕਿ ਇੱਕ ਪਹਿਲਾ ਮੌਕਾ ਹੈ ਜਦ ਡਰੋਨ ਦੀ ਮਦਦ ਲਈ ਜਾ ਰਹੀ ਹੈ, ਡਰੋਨ ਦੇ ਨਾਲ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਪਿਛਲੀ ਵਾਰ ਵੀ ਅੰਦੋਲਨ ਦੇ ਦੌਰਾਨ ਅਥਰੂ ਗੈਸ ਤਾਂ ਛੱਡੀ ਗਈ ਸੀ, ਵਾਟਰ ਕੈਨਨ ਦਾ ਵੀ ਇਸਤੇਮਾਲ ਹੋਇਆ ਸੀ, ਪਰ ਇਹ ਪਹਿਲਾ ਮੌਕਾ ਹੈ ਜਦ ਡਰੋਨ ਦੀ ਮਦਦ ਲਈ ਜਾ ਰਹੀ ਹੈ ਤੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਸੁੱਟੇ ਜਾ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਕੁਝ ਦਿੱਕਤ ਵੀ ਹੋ ਰਹੀ ਹੈ। ਕਿਸਾਨਾਂ ਦੇ ਅੰਦਰ ਭਗਦੜ ਵੀ ਮਚੀ ਹੋਈ ਹੈ ਤੇ ਸ਼ੰਭੂ ਬੈਰੀਅਰ ਦੇ ਉੱਪਰ ਹਰ ਪਾਸੇ ਇਸ ਵੇਲੇ ਧੂੰਆਂ ਹੀ ਧੂੰਆਂ ਵਿਖਾਈ ਦੇ ਰਿਹਾ ਹੈ। ਉਧਰ ਦੂਸਰੇ ਪਾਸੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਫਤਿਹਗੜ੍ਹ ਸਾਹਿਬ ਤੋਂ ਵੱਡਾ ਜਥਾ ਲੈ ਕੇ ਸ਼ੰਭੂ ਬੈਰੀਅਰ ਵੱਲ ਵੱਧ ਰਹੇ ਹਨ ਅਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਕਿਸਾਨ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਹਨ, ਪਰ ਹਰਿਆਣਾ ਪੁਲਿਸ ਵੱਲੋਂ ਆਪਣੇ ਬਾਰਡਰਾਂ ਦੇ ਉੱਪਰ ਵੱਡੇ ਪ੍ਰਬੰਧ ਕੀਤੇ ਗਏ ਹਨ। ਅਜਿਹੇ ਪ੍ਰਬੰਧ ਕੀਤੇ ਗਏ ਨੇ, ਅਜਿਹੀ ਕਿਲਾਬੰਦੀ ਕੀਤੀ ਗਈ ਹੈ ਜਿਵੇਂ ਕੋਈ ਦੋ ਮੁਲਕਾਂ ਦੀ ਜੰਗ ਲੱਗਣੀ ਹੋਵੇ। ਉਹਨਾਂ ਕਿਹਾ ਕਿ ਸੜਕਾਂ ਰੋਕਣ ਦਾ ਦੋਸ਼ ਕਿਸਾਨਾਂ ਦੇ ਉੱਪਰ ਲੱਗਦੇ ਹਨ, ਪਰ ਹਰਿਆਣਾ ਪੁਲਿਸ ਨੇ ਖੁਦ ਸੜਕਾਂ ਬਲੌਕ ਕੀਤੀਆਂ ਤੇ ਅਜਿਹੇ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਰ ਪਾਸੇ ਧੂੰਆਂ ਹੀ ਧੂੰਆਂ ਹੈ ਤੇ ਸ਼ੰਭੂ ਬੈਰੀਅਰ ਦੇ ਉੱਪਰ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਉੱਪਰ ਇਹ ਅਥਰੂ ਗੈਸ ਸੁੱਟੀ ਜਾ ਰਹੀ ਹੈ। ਆਸੂ ਗੈਸ ਕੇ ਗੋਲੇ ਛੋੜੇ ਜਾ ਰਹੇ ਹੈ ਕਿਸਾਨੋ ਕੇ ਉੱਪਰ ਸੰਭੂ ਬਾਰਡਰ ਪਰ। ਆਪ ਦੇਖ ਸਕਦੇ ਹੈ ਕਿ ਆਸੂ ਗੈਸ ਕੇ ਗੋਲੇ ਛੋੜੇ ਜਾ ਰਹੇ ਹੈ। ਉਧਰ ਫਤਿਹਗੜ੍ਹ ਸਾਹਿਬ ਤੋਂ ਆ ਰਹੇ ਕਿਸਾਨ ਆਗੂਆਂ ਵੱਲੋਂ ਦੇਸ਼ ਭਰ ਦੇ ਲੋਕਾਂ ਅਤੇ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਇਸ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ। ਜੈ ਜਵਾਨ ਜੈ ਕਿਸਾਨ, ਸਾਰੇ ਦੇਸ਼ ਵਾਸੀਓ ਸੇ ਅਪੀਲ ਹੈ ਕਿ ਆਪਣੇ ਕਿਸਾਨੋਂ ਕਾ ਸਾਥ ਦੇ ਔਰ ਇਸ ਕਿਸਾਨ ਮਜ਼ਦੂਰ ਔਰ ਦੇਸ਼ ਬਚਾਣੇ ਕੀ ਲੜਾਈ ਮੇ ਆਪ ਆਗੇ ਆਏ, ਕਿਉਂਕਿ ਆਜ ਕਿਸਾਨ ਪੂਰੇ ਦੇਸ਼ ਮੇ ਵਿਪਕਸ ਕਾ ਕਾਮ ਕਰ ਰਹੇ ਹੈ, ਕਿਸਾਨ ਯੂਨੀਅਨ ਵਿਪਕਸ ਕਾ ਕਾਮ ਕਰ ਰਹੀ ਹੈ। ਮੈਂ ਇੱਕ ਵਿਸ਼ੇਸ਼ ਬੇਨਤੀ ਕਰਨਾ ਚਾਹਤਾ ਹੂੰ, ਕਿਉਂਕਿ ਹਮਨੇ ਪਿਛਲੇ ਅੰਦੋਲਨ ਮੇ ਇਹ ਚੀਜ਼ ਦੇਖੀ ਥੀ ਔਰ ਇਸੀ ਇੱਕ ਕਮੀ ਕੇ ਕਾਰਨ ਹਮੇ ਬਹੁਤ ਦੇਰੀ ਹੋਈ ਹੈ, ਪਰ ਅਬ ਕੀ ਬਾਰ ਹਮ ਇਹ ਕਮੀ ਨਹੀਂ ਰੱਖੇਂਗੇ। ਅਗਰ ਇਸ ਚਲਤੇ ਅੰਦੋਲਨ ਮੇ ਮੇਰੀ ਜਾਨ ਪੁਲਿਸ ਕੀ ਗੋਲੀ ਸੇ ਜਾਂ ਕਿਸੀ ਦੁਰਘਟਨਾ ਮੇ ਚਲੀ ਜਾਤੀ ਹੈ, ਤੋ ਮੇਰੇ ਇਸ ਸਰੀਰ ਕਾ ਜ਼ਿੰਮੇਦਾਰੀ ਮੇਰਾ ਪਰਿਵਾਰ ਨਹੀਂ, ਇਸਕੀ ਦਾਹ ਸੰਸਕਾਰ ਕੀ ਜ਼ਿੰਮੇਦਾਰੀ ਕਿ ਕਿਸਾਨ ਮਜ਼ਦੂਰ ਮੋਰਚਾ ਔਰ ਬੀ ਕੇ ਯੂ ਸ਼ਹੀਦ ਭਗਤ ਸਿੰਘ ਹੋਗਾ, ਔਰ ਜਦਤੇ ਅੰਦੋਲਨ ਮੇ ਅਗਰ ਮੇਰੀ ਜਾਨ ਚਲੀ ਗਈ ਤੋ ਜਬ ਤੱਕ MSP ਗਰੰਟੀ ਕਾਨੂੰਨ ਨਹੀਂ ਬਣਦਾ ਔਰ ਦੇਸ਼ ਕੇ ਕਿਸਾਨ ਕਰਜ਼ਾ ਮੁਕਤ ਨਹੀਂ ਹੋਏ, ਮੇਰਾ ਦਾਹ ਸੰਸਕਾਰ ਨਾ ਕੀਆ ਜਾਏ, ਐਸੀ ਮੇਰੀ ਅਪੀਲ ਹੈ। ਬਹੁਤ ਬਹੁਤ ਧੰਨਵਾਦ। ਜੈ ਜਵਾਨ ਜੈ ਕਿਸਾਨ। ਆਪ